ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਮਿੰਦਰ ਸਿੰਘ, ਪੂਰਵ ਪ੍ਰਧਾਨ, ਰਿਫਿਊਜੀ ਕੋਲੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੇਅਰਮੈਨ, ਆਪ ਜੀ ਸਾਰੇ ਅੱਗੇ ਇੱਕ ਬੇਨਤੀ ਨਿਵੇਦਨ ਕਰਦਾ ਹਾਂ ਕਿ ਝਾਰਖੰਡ ਬਣਿਆ ਅੱਜ 24 ਸਾਲ ਹੋ ਗਏ ਨੇ। 24 ਸਾਲਾਂ ਦੇ ਵਿੱਚ ਅਸੀਂ ਕਿੱਥੇ ਹਾਂ, ਸਿੱਖ ਸਮਾਜ ਕਿੱਥੇ ਹੈ, ਸਾਡੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਵਿੱਚ ਸਾਡੀ ਕੋਈ ਗਿਣਤੀ ਨਹੀਂ ਹੈਗੀ, ਜਿਹੜੀ ਬੜੀ ਇੱਕ ਚਿੰਤਾ ਦਾ ਵਿਸ਼ਾ ਹੈਗਾ। ਅੱਜ ਸਮਾਜ ਦੇ ਵਿੱਚ ਪੂਰੇ ਜਮਸ਼ੇਦਪੁਰ ਤੋਂ ਲੈ ਕੇ ਪੂਰੇ ਝਾਰਖੰਡ ਦੇ ਵਿੱਚ, ਭਾਵੇਂ ਉਹ ਰਾਂਚੀ ਹੋਵੇ, ਧੰਨਵਾਦ ਹੋਵੇ, ਰਾਮਗੜ੍ਹ ਹੋਵੇ, ਬੋਕਾਰੋ ਹੋਵੇ, ਇਸ ਤਰ੍ਹਾਂ ਪੂਰੇ ਝਾਰਖੰਡ ਦੇ ਵਿੱਚ ਸਾਡਾ ਇੱਕ ਵੀ ਪ੍ਰਤੀਨਿਧੀ ਰਾਜਨੀਤੀ ਵਿੱਚ ਨਹੀਂ ਹੈਗਾ, ਜੋ ਕਿ ਸਾਨੂੰ ਇਸ ਦੀ ਬਹੁਤ ਹੀ ਲੋੜ ਹੈਗੀ ਹੈ। ਸਾਡੇ ਵੀਰ ਕਾਫੀ ਪਾਰਟੀਆਂ ਦੇ ਵਿੱਚ ਸੰਘਰਸ਼ ਕਰਦੇ ਆ ਰਹੇ ਨੇ, ਲੇਕਿਨ ਉਹਨਾਂ ਨੂੰ ਉਹ ਇੱਜ਼ਤਮਾਨ ਨਹੀਂ ਬਖਸ਼ਿਆ ਗਿਆ, ਨਾ ਹੀ ਸਾਡੀ ਕਿਸੇ ਇੱਕ ਸਿੱਖ ਨੂੰ ਵੀ ਕਿਸੇ ਜਗ੍ਹਾ ਤੋਂ ਵੀ ਟਿਕਟ ਦਿੱਤੀ ਗਈ ਹੈਗੀ ਹੈ। ਮੈਂ ਆਪ ਜੀ ਸਾਰੇ ਅੱਗੇ ਬੇਨਤੀ ਕਰਦਾ ਹਾਂ ਕਿ ਸਾਡਾ ਉਹ ਸਮੇਂ ਆ ਗਿਆ ਹੈਗਾ ਕਿ ਸਾਨੂੰ ਇੱਕਜੁੱਟ ਹੋ ਕੇ ਸਮਾਜ ਦੇ ਵਿੱਚ ਸਾਨੂੰ ਉਸ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਨੇ ਇਹਨਾਂ ਨੂੰ ਦਿਖਾਉਣਾ ਚਾਹੀਦਾ ਹੈਗਾ ਕਿ ਅਸੀਂ ਸਿੱਖ ਕੌਮ ਜਿਹੜੀ ਹੈਗੀ ਹੈ ਰਾਜਨੀਤੀ ਦੇ ਵਿੱਚ ਵੀ ਆਪਣਾ ਇੱਕ ਵਰਚਸਵ ਕਾਇਮ ਸਾਨੂੰ ਕਰਨਾ ਚਾਹੀਦਾ ਹੈਗਾ, ਉਹਦੇ ਵਿੱਚ ਸਾਨੂੰ ਇੱਕ ਆਪਣਾ ਸਥਾਨ ਜਿਹੜਾ ਹੈਗਾ ਬਣਾਉਣਾ ਚਾਹੀਦਾ ਹੈਗਾ। ਔਰ ਮੈਂ ਸਮਝਦਾ ਹੈਗਾ ਕਿ ਸਾਡੇ ਸਮਾਜ ਦੇ ਵਿੱਚ ਇੱਕ ਤੋਂ ਇੱਕ ਪਤਵੰਤੇ ਬੰਦੇ ਹੈਗੇ ਨੇ ਜੋ ਰਾਜਨੀਤੀ ਦੇ ਨਾਲ ਜੁੜੇ ਵੀ ਹੋਏ ਹੈਗੇ ਨੇ, ਅੱਜ ਉਹਨਾਂ ਨੂੰ ਇਹਦੇ ਵਿੱਚ ਇਕੱਠਿਆਂ ਹੋ ਕੇ ਮੈਂ ਚਾਹੁੰਦਾ ਹੈਗਾ ਕਿ ਮੈਂ ਇੱਕ ਸੈਮੀਨਾਰ ਬੁਲਾਵਾਂ, ਆਪ ਜੀ ਸਾਰੇ ਉਹਦੇ ਵਿੱਚ ਇਕੱਠੇ ਹੋਈਏ, ਅਤੇ ਜਿਹੜਾ ਵੀ ਭਾਵੇਂ ਕੋਈ ਵੀ ਪਾਰਟੀ ਆਪਣੀ ਮਰਜ਼ੀ ਦੇ ਨਾਲ ਕਾਢੇ ਸਾਨੂੰ ਕਿਸੇ ਵੀ ਇੱਕ ਸਿੱਖ ਨੂੰ ਟਿਕਟ ਦੇਵੇ ਅਤੇ ਉਹ ਇਲੈਕਸ਼ਨ ਦੇ ਵਿੱਚ ਲੜ ਕੇ ਅੱਗੇ ਆਵੇ, ਤਾਂ ਹੀ ਸਾਡੀ ਨਾਮਧਾਰੀ ਜੀ ਇੰਦਰ ਸਿੰਘ ਜੀ ਨਾਮਧਾਰੀ ਡਾਲਟਨਗੰਜ ਤੋਂ 5 ਵਾਰ ਵਿਧਾਨ ਸਭਾ ਦੇ ਵਿੱਚ ਜਿੱਤ ਕੇ ਆਏ ਨੇ, ਅਤੇ ਉਸ ਸਮੇਂ ਉਹ ਵਿਧਾਨ ਸਭਾ ਦੇ ਅਧਿਕਸ਼ ਵੀ ਰਹੇ ਨੇ, ਬੜਾ ਸਾਨੂੰ ਮਾਣ ਮਿਲਿਆ ਸੀਗਾ। ਲੇਕਿਨ ਉਸ ਤੋਂ ਬਾਅਦ ਅੱਜ ਤੱਕ ਜਿਹੜਾ ਹੈਗਾ ਸਾਡਾ ਇੱਕ ਵੀ ਸਿੱਖ ਜਿਹੜਾ ਇਹਦੇ ਵਿੱਚ ਰਾਜਨੀਤੀ ਵਿੱਚ ਨਹੀਂ ਆਇਆ ਹੈਗਾ। ਪੂਰਾ ਹਿੰਦੁਸਤਾਨ ਜਾਣਦਾ ਹੈਗਾ ਕਿ ਸਿੱਖ ਕੌਮ ਜਿਹੜੀ ਹੈਗੀ ਇੱਕ ਜੁਝਾਰੂ ਕੌਮ ਹੈਗੀ ਹੈ, ਔਰ ਅਸੀਂ ਚਾਹੁੰਦੇ ਹੈਗੇ ਹਾਂ ਕਿ ਸਾਡਾ ਇੱਕ ਸਿੱਖ ਪ੍ਰਤੀਨਿਧੀ ਜਿਹੜਾ ਹੈਗਾ ਜਿੱਤ ਕੇ ਆਵੇ, ਭਾਵੇਂ ਉਹ ਨਿਰਦਲੀ ਕਿਉਂ ਨਾ ਖੜਾ ਕਰਨਾ ਪਵੇ, ਅਸੀਂ ਖੜਾ ਕਰ ਸਕਦੇ ਹੈਗੇ ਹਾਂ। ਔਰ ਪੂਰਾ ਸਮਾਜ ਚਾਹੁੰਦਾ ਹੈਗਾ ਕਿ ਸਿੱਖ ਕੌਮ ਦੇ ਵਿੱਚ ਇੱਕ ਤੋਂ ਇੱਕ ਸੇਵਾ ਕਰਨ ਵਾਲੇ ਬੰਦੇ ਹੈਗੇ ਨੇ, ਸਾਫ਼ ਸੁਥਰੇ ਬੰਦੇ ਹੈਗੇ ਨੇ। ਯਦੀ ਉਹ ਇੱਕ ਵੀ ਬੰਦਾ ਇਸ ਸਮਾਜ ਨੂੰ ਮਿਲ ਜਾਂਦਾ ਹੈਗਾ, ਜਮਸ਼ੇਦਪੁਰ ਨੂੰ ਮਿਲ ਜਾਂਦਾ ਹੈਗਾ, ਤਾਂ ਮੈਂ ਸਮਝਦਾ ਕਿ ਜਮਸ਼ੇਦਪੁਰ ਦੇ ਵਿੱਚ ਸਿੱਖਾਂ ਦਾ ਇੱਕ ਮਨੋਬਲ ਵੀ ਵਧੇਗਾ, ਔਰ ਅਸੀਂ ਇੱਕ ਸਾਨੂੰ ਜਿਹੜੀ ਇੱਜ਼ਤ ਚਾਹੀਦੀ ਹੈਗੀ ਉਹ ਸਾਨੂੰ ਜ਼ਰੂਰ ਇੱਜ਼ਤ ਮਿਲੇਗੀ। ਮੈਂ ਆਪ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਅਸੀਂ ਇੱਕਜੁੱਟ ਹੋਈਏ, ਭਾਵੇਂ ਸਾਨੂੰ ਨਿਰਦਲੀ ਖੜਾ ਕਰਨਾ ਪਵੇ, ਅਤੇ ਸਾਨੂੰ ਇੱਕ ਆਪਣਾ ਪ੍ਰਤੀਨਿਧੀ ਖੜਾ ਕਰੀਏ, ਔਰ ਅਸੀਂ ਜਮਸ਼ੇਦਪੁਰ ਦੇ ਵਿੱਚ ਆਪਣਾ ਇੱਕ ਨਵਾਂ ਨਾਮ ਬਣਾਈਏ, ਨਵਾਂ ਸਥਾਨ ਬਣਾਈਏ, ਜਿਹਦੇ ਵਿੱਚ ਸਾਡੀ ਰਾਜਨੀਤੀ ਦੇ ਵਿੱਚ ਵੀ ਪੁੱਛ ਹੋਵੇ, ਕਿਉਂਕਿ ਬਿਨਾਂ ਰਾਜਨੀਤੀ ਤੋਂ, ਬਿਨਾਂ ਪਾਵਰ ਤੋਂ ਜਿਹੜਾ ਹੈਗਾ ਕੋਈ ਨਹੀਂ ਪੁੱਛਦਾ ਹੈਗਾ, ਅਸੀਂ ਅੱਛੀ ਭਲੀ ਬਾਤ ਹੀ ਜਾਣਦੇ ਹੈਗੇ ਹਾਂ। ਇਸ ਕਰਕੇ ਆਪ ਸਾਰੇ ਅੱਗੇ ਬੇਨਤੀ ਹੈਗੀ ਹੈ ਕਿ ਇਹਦੇ ਉੱਤੇ ਸਾਨੂੰ ਵਿਚਾਰ ਕਰਨਾ ਹੈਗਾ, ਔਰ ਅੱਗੇ ਅਸੀਂ ਇਸ ਨੂੰ ਲੈ ਕੇ ਚੱਲਣਾ ਹੈਗਾ, ਔਰ ਜਲਦ ਹੀ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਸਾਰੇ ਮਿਲ ਕੇ ਇੱਕ ਸੈਮੀਨਾਰ ਕਰੀਏ ਜਿਹਦੇ ਵਿੱਚ ਆਪ ਸਾਰੇ ਜਿਹੜਾ ਹੈਗਾ ਹਿੱਸਾ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।